ਪਾਗਲ ਹੋਏ ਆ? ਕਿਹੋ ਜਿਹੀ ਗੱਲਾਂ ਕਰੀ ਜਾਂਦਾ? ਤੂੰ ਸਮਝਦਾ ਕਿਉਂ ਨਹੀਂ ਇਸ ਗੱਲ ਨੂੰ? ਤੂੰ ਮੇਰਾ ਸਿਰਫ ਬੈਸਟ ਫਰੈਂਡ ਹੈ ਤੇ ਉਹ ਮੇਰਾ ਬੁਆਏਫ੍ਰੈਂਡ ਹੈ। ਬੁਆਏਫ੍ਰੈਂਡ ਤਾਂ ਮੈਂ ਕੁਛ ਨਹੀਂ ਹੈ ਤੇਰੀ ਲਾਈਫ ਦੇ ਵਿੱਚ। ਜਦੋਂ ਉਹ ਨਹੀਂ ਸੀ ਹੁੰਦਾ ਤਾਂ ਸਭ ਕੁਛ ਸੀ ਮੈਂ ਤੇਰਾ। ਠੀਕ ਆ ਯਾਰ, ਤੂੰ ਐਂ ਕਰ, ਤੂੰ ਉਹਨੂੰ ਛੱਡ ਦੇ। ਮੈਂ ਨਾ ਤੈਨੂੰ ਆਪਣੇ ਤੋਂ ਦੂਰ ਹੁੰਦੇ ਨਹੀਂ ਦੇਖ ਸਕਦਾ। ਮੈਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਯਾਰ। ਮੈਨੂੰ ਲੱਗਦਾ ਤੂੰ ਨਾ ਪਾਗਲ ਹੋ ਰਿਹਾ, ਪਤਾ ਨਹੀਂ ਅਜੀਬ ਜਿਹੀ ਗੱਲਾਂ ਕਰੀ ਜਾਂਦਾ ਮੇਰੇ ਨਾਲ। ਮੇਰੀ ਗੱਲ ਸੁਣ, ਮੈਂ ਹੁਣ ਚੱਲਦੀ, ਮੈਨੂੰ ਦੀਪ ਦਾ ਵਾਰ ਵਾਰ ਫੋਨ ਆਈ ਜਾਂਦਾ। ਅੱਛਾ, ਉਹ ਕੱਲ ਦਾ ਆਇਆ, ਹੁਣ ਮੇਰੇ ਨਾਲ ਜ਼ਿਆਦਾ ਜ਼ਰੂਰੀ ਹੋ ਗਿਆ ਤੈਨੂੰ? ਹਾਂ, ਉਹ ਮੇਰੇ ਲਈ ਹੈ ਜ਼ਰੂਰੀ ਕਿਉਂਕਿ ਉਹ ਮੇਰਾ ਬੁਆਏਫ੍ਰੈਂਡ ਹੈ, ਮੈਂ ਉਹਨੂੰ ਪਿਆਰ ਕਰਦੀ ਹਾਂ ਤੇ ਤੂੰ ਮੇਰਾ ਸਿਰਫ ਦੋਸਤ ਆ, ਇਸ ਤੋਂ ਵੱਧ ਕੇ ਕੁਛ ਵੀ ਨਹੀਂ। ਅੱਛਾ, ਤਾਂ ਫਿਰ ਮੈਨੂੰ ਇੱਕ ਗੱਲ ਦੱਸ, ਜੇ ਤੈਨੂੰ ਦੋਸਤੀ ਤੇ ਪਿਆਰ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਵੇ ਤਾਂ ਤੂੰ ਕਿਹਨੂੰ ਚੁਣੇਗੀ? ਓਬਵੀਅਸ ਜੀ ਗੱਲ ਹੈ, ਆਪਣੇ ਪਿਆਰ ਨੂੰ, ਆਪਣੇ ਪਿਆਰ ਨੂੰ, ਆਪਣੇ ਪਿਆਰ ਨੂੰ। ਕਮਾਲ ਹੈ ਯਾਰ ਹੈਰੀ ਤੇਰੀ, ਮੈਂ ਪੂਰੇ ਕਾਲਜ 'ਚ ਲੱਭ ਲਿਆ ਤੇ ਆ ਪੂਰੇ ਬੈਠਾ। ਉਹ ਬਸ ਯਾਰ ਕੁਝ ਨਹੀਂ, ਮੈਂ ਤੇਰੀ ਵੇਟ ਕਰ ਰਿਹਾ ਸੀ। ਅੱਛਾ, ਹੋ ਗਏ ਸਾਰੇ ਲੈਕਚਰ ਖਤਮ? ਹਾਂ ਮੇਰੇ ਤਾਂ ਹੋ ਗਏ, ਤੂੰ ਲਾ ਲੈ ਸਾਰੇ। ਕਿੱਥੇ ਯਾਰ, ਇੱਕ ਲੈਕਚਰ ਰਹਿੰਦਾ, ਉਹ 1 ਵਜੇ ਸਟਾਰਟ ਹੋਣਾ ਹੈ। 1 ਵਜੇ ਸਟਾਰਟ ਹੋਣਾ? ਹੋਰ ਪਹਿਲਾਂ 11:30 ਵਜੇ ਫਿਰ। ਚੱਲ ਆਪਾਂ ਇਹ ਕਰਦੇ ਹਾਂ, ਕੰਟੀਨ ਚੱਲਦੇ ਹਾਂ, ਕੁਝ ਖਾਣੇ ਪੀਣੇ। ਖਾ ਪੀ ਤਾਂ ਆਪਾਂ ਫਿਰ ਵੀ ਲਵਾਂਗੇ, ਪਰ ਮੈਂ ਨਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਜ਼ਰੂਰੀ ਗੱਲ ਕਰਨੀ ਹੈ? ਕਿਹੜੀ? ਬਹੁਤ ਹੀ ਸੀਰੀਅਸ ਗੱਲ ਹੈ। ਸੀਰੀਅਸ ਆ? ਦੱਸ ਸਹੀ ਹੋਇਆ ਕੀ ਆ? ਮੈਨੂੰ ਸੱਚੋ ਸੱਚੀ ਦੱਸੀ, ਝੂਠ ਨਾ ਬੋਲੀ, ਮੇਰੀ ਸੌਂ ਲੱਗੇ ਤੈਨੂੰ। ਲੈ, ਇਹਨੇ ਸੌਂ ਲੱਗੇ, ਪੁੱਛ ਤਾਂ ਸਹੀ ਕੀ ਪੁੱਛਣਾ? ਤੇਰੀ ਕੋਈ ਗਰਲਫ੍ਰੈਂਡ ਨਹੀਂ ਹੈਗੀ? ਗਰਲਫ੍ਰੈਂਡ? ਨਹੀਂ ਯਾਰ, ਮੇਰੀ ਕੋਈ ਗਰਲਫ੍ਰੈਂਡ ਨਹੀਂ ਹੈਗੀ। ਪਰ ਤੂੰ ਮੈਨੂੰ ਇਹ ਸਭ ਕਿਵੇਂ ਪੁੱਛ ਰਹੀ ਹੈ? ਤੈਨੂੰ ਸਾਰਾ ਕੁਛ ਤਾਂ ਪਤਾ ਹੈਗਾ ਮੇਰੇ ਬਾਰੇ, ਸਾਰਾ ਦਿਨ ਤੂੰ ਹੀ ਮੇਰੇ ਨਾਲ ਰਹਿੰਦੀ ਹੈ। ਜੇ ਤੈਨੂੰ ਨਹੀਂ ਪਤਾ ਹੋਊ, ਹੋਰ ਕਿਹਨੂੰ ਪਤਾ ਹੋਊ? ਉਹ ਤਾਂ ਮੈਂ ਵੈਸੇ ਹੀ ਪੁੱਛਿਆ, ਕਈ ਵਾਰੀ ਐਵੇਂ ਹੁੰਦਾ ਨਾ, ਤੂੰ ਆਪਣੀ ਪਰਸਨਲ ਗੱਲਾਂ ਮੇਰੇ ਨਾਲ ਨਾ ਸ਼ੇਅਰ ਕਰਦਾ ਹੋਵੇਂ ਜਾਂ ਫਿਰ ਹੋਰ ਕੋਈ ਰੱਖੀ ਬੈਠਾ ਹੋਵੇ। ਉਹ ਨਹੀਂ ਯਾਰ, ਦੇਖ ਤੂੰ ਮੇਰੀ ਬੈਸਟ ਫਰੈਂਡ ਆ, ਮੈਂ ਤੇਰੇ ਨਾਲ ਹਰ ਗੱਲ ਸ਼ੇਅਰ ਕਰਦਾ, ਚਾਹੇ ਦੁੱਖ ਦੀ ਹੋਵੇ ਚਾਹੇ ਸੁੱਖ ਦੀ। ਆਈ ਨੋ ਵੈਰੀ ਵੈਲ, ਬਟ ਤੂੰ ਕਦੇ ਸੋਚਿਆ ਨਹੀਂ ਗਰਲਫ੍ਰੈਂਡ ਬਣਾਉਣ ਬਾਰੇ? ਗਰਲਫ੍ਰੈਂਡ? ਨਾ ਯਾਰ, ਮੇਰੀ ਕੋਈ ਗਰਲਫ੍ਰੈਂਡ ਨਹੀਂ ਹੈਗੀ। ਮੈਨੂੰ ਕੋਈ ਗੱਲ ਦੱਸ, ਗਰਲਫ੍ਰੈਂਡ ਦਾ ਕੀ ਕੰਮ ਹੁੰਦਾ? ਗਰਲਫ੍ਰੈਂਡ ਦਾ ਕੀ ਕੰਮ ਹੋਣਾ, ਟਾਈਮ ਸਪੈਂਡ ਕਰਨਾ, ਹੱਸਣਾ, ਖੇਡਣਾ, ਮੌਜ ਮਸਤੀ ਕਰਨੀ, ਆਪਣੇ ਸੁੱਖ ਦੁੱਖ ਸਾਰੀਆਂ ਗੱਲਾਂ ਸ਼ੇਅਰ ਕਰਨੀਆਂ। ਅੱਛਾ, ਫਿਰ ਇਹ ਸਭ ਕੁਛ ਮੈਂ ਤੇਰੇ ਨਾਲ ਕਰ ਹੀ ਰਿਹਾ, ਤੇਰੇ ਹੁੰਦੇ ਫਿਰ ਮੈਨੂੰ ਗਰਲਫ੍ਰੈਂਡ ਬਣਾਉਣ ਦੀ ਕੀ ਲੋੜ ਆ? ਤੂੰ ਹੈ ਤਾਂ ਹੈਗੀ। ਪਰ ਮੈਂ ਤਾਂ ਤੇਰੀ ਬੈਸਟ ਫਰੈਂਡ ਆ ਨਾ। ਹਾਂ ਤਾਂ ਫਿਰ ਕੀ ਆ? ਨਹੀਂ ਯਾਰ, ਗਰਲਫ੍ਰੈਂਡ ਦਾ ਅਹਿਸਾਸ ਨਾ ਇੱਕ ਵੱਖਰਾ ਜਿਹਾ ਹੀ ਹੁੰਦਾ, ਜਦੋਂ ਕੋਲ ਹੋਵੇ ਤਾਂ ਸਾਰੀ ਦੁਨੀਆ ਆਪਣੀ ਆਪਣੀ ਲੱਗਦੀ ਹੈ, ਜੇ ਉਹ ਕੋਲ ਨਾ ਹੋਵੇ ਤਾਂ ਕੁਛ ਵੀ ਚੰਗਾ ਨਹੀਂ ਲੱਗਦਾ। ਅਤੇ ਨਾਲੇ ਇੱਕ ਗੱਲ ਹੋਰ, ਜਿਹੜੀ ਗੱਲ ਆਪਾਂ ਗਰਲਫ੍ਰੈਂਡ ਨਾਲ ਸ਼ੇਅਰ ਕਰ ਸਕਦੇ ਹਾਂ ਉਹ ਬੈਸਟ ਫਰੈਂਡ ਨਾਲ ਨਹੀਂ ਸ਼ੇਅਰ ਕਰ ਸਕਦੇ ਆਪਾਂ। ਉਹ ਨਾ ਯਾਰ, ਮੈਂ ਨਹੀਂ ਗਰਲਫ੍ਰੈਂਡ ਬਣਾਉਣੀ ਕੋਈ, ਨਾਲੇ ਮੈਨੂੰ ਪਤਾ ਆਹ ਗਰਲਫ੍ਰੈਂਡਾਂ ਦੇ ਹਾਲਾਤ, ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਜੇ ਨਹੀਂ ਕਰਨਾ, ਬੋ ਨਹੀਂ ਕਰਨਾ, ਕੁੜੀ ਤਾਂ ਥੱਲੇ ਲੱਗੇ ਰਹਿੰਦੇ ਨੇ ਅਤੇ ਬਾਅਦ 'ਚ ਇਕੱਲੇ ਬਹਿ ਬਹਿ ਰੋਂਦੇ ਨੇ। ਦੇਖ ਯਾਰ, ਮੈਂ ਨਹੀਂ ਰੋਣਾ ਚਾਹੁੰਦਾ, ਤੂੰ ਹੈਗੀ ਆ, ਮੈਂ ਇਸ 'ਚ ਖੁਸ਼ ਹਾਂ। ਆਹ ਗੱਲ ਤਾਂ ਮੈਂ ਮੰਨਦੀ ਹਾਂ, ਪਰ ਸਾਰੀ ਕੁੜੀਆਂ ਨਾ ਇੱਕੋ ਜਿਹੀਆਂ ਨਹੀਂ ਹੁੰਦੀਆਂ,
ਕੁਝ ਸਮਝਦਾਰ ਵੀ ਹੁੰਦੀਆਂ ਨੇ, ਹਰੇਕ ਗੱਲ ਨੂੰ ਸਮਝਦੀਆਂ ਨੇ। ਪਰ ਇਹ ਜੀ ਗਰਲਫ੍ਰੈਂਡ ਮਿਲੂਗੀ ਕਿੱਥੋਂ? ਪਰ ਇੱਕ ਗੱਲ ਦੱਸ, ਤੂੰ ਮੈਨੂੰ ਅਜੇ ਸਭ ਕੁਝ ਕਿਉਂ ਪੁੱਛ ਰਹੀ ਆ? ਕਿਤੇ ਤੈਨੂੰ ਤਾਂ ਨਹੀਂ ਕੋਈ ਬੁਆਏਫ੍ਰੈਂਡ ਬਣਾਉਣਾ? ਹਾਂ, ਮੈਂ ਸੋਚ ਰਹੀ ਹਾਂ ਬੁਆਏਫ੍ਰੈਂਡ ਬਣਾਉਣ ਦੀ, ਕਿਉਂਕਿ ਨਾ ਮੇਰੀ ਸਾਰੀ ਸਹੇਲੀਆਂ ਦੇ ਬੁਆਏਫ੍ਰੈਂਡ ਨੇ, ਉਹਨਾਂ ਨਾਲ ਸ਼ੋਪਿੰਗ 'ਤੇ ਜਾਂਦੀਆਂ ਨੇ, ਮੂਵੀ ਦੇਖਣ ਜਾਂਦੀਆਂ ਨੇ, ਡਿਨਰ 'ਤੇ ਵੀ ਜਾਂਦੀਆਂ ਨੇ, ਅਤੇ ਮੈਂ ਵੀ ਸੋਚ ਹੀ ਲਿਆ ਵੀ ਮੈਂ ਵੀ ਕੋਈ ਬੁਆਏਫ੍ਰੈਂਡ ਬਣਾ ਲਾਂ ਅਤੇ ਸਾਰੀਆਂ ਗੱਲਾਂ ਆਪਣੀਆਂ ਉਹਦੇ ਨਾਲ ਸ਼ੇਅਰ ਕਰਿਆ ਕਰਾਂ। ਉਹ ਅੱਛਾ, ਜੇ ਤੈਨੂੰ ਕੋਈ ਮੁੰਡਾ ਪਸੰਦ ਆ ਤਾਂ ਤੂੰ ਮੈਨੂੰ ਦੱਸ, ਮੈਂ ਤੇਰੀ ਮਦਦ ਕਰੂੰਗਾ। ਪਰ ਤੈਨੂੰ ਬੁਰਾ ਨਹੀਂ ਲੱਗੂਗਾ ਜੇ ਮੇਰਾ ਕੋਈ ਬੁਆਏਫ੍ਰੈਂਡ ਬਣ ਗਿਆ? ਮੈਨੂੰ ਕਿਉਂ ਬੁਰਾ ਲੱਗੂਗਾ? ਤੂੰ ਖੁਸ਼ ਤਾਂ ਮੈਂ ਖੁਸ਼। ਚੱਲ ਛੱਡ, ਇਹ ਦੱਸ ਉਹ ਮੁੰਡਾ ਕੌਣ ਆ ਜਿਹਨੂੰ ਤੂੰ ਪਸੰਦ ਕਰਦੀ ਆ? ਹੈਗਾ ਕੋਈ, ਆਪਣੇ ਕਾਲਜ 'ਚ ਹੀ ਪੜ੍ਹਦਾ, ਕੱਲ੍ਹ ਮੈਂ ਤੁਹਾਨੂੰ ਨਾ ਕੰਟੀਨ 'ਚ ਦਿਖਾਵਾਂਗੀ। ਓਕੇ ਚੱਲ ਠੀਕ ਆ। ਅੱਛਾ ਮੈਂ ਚੱਲਦੀ ਹਾਂ। ਉਹ ਰੁੱਕ, ਕਿੱਥੇ ਚੱਲਦੀ ਆ? ਕੰਟੀਨ ਨਹੀਂ ਜਾਣਾ, ਕੁਛ ਖਾ ਕੇ ਆਉਂਦੇ ਆ। ਮੈਨੂੰ ਨਹੀਂ ਭੁੱਖ ਹੈਗੀ, ਤੁਸੀਂ ਜਾ ਕੇ ਖਾ ਲਓ। ਉਹ ਗੱਲ ਤਾਂ ਸੁਣ ਮੇਰੀ, ਲੈ ਇਹਨੂੰ ਕੀ ਹੋਇਆ ਹੁਣ? ਬੁਆਏਫ੍ਰੈਂਡ ਨੂੰ ਪਟਾਉਣ ਦੀ ਟਿਪਸ ਤਾਂ ਸੁਣ ਕੇ ਨਹੀਂ ਗਈ। ਚੱਲ ਕੋਈ ਨਾ, ਕੱਲ ਨੂੰ ਮਿਲ ਕੇ ਦੱਸੂ ਕੰਟੀਨ 'ਚ। ਹੈਲੋ ਪ੍ਰੀਤ, ਕਿਵੇਂ ਆ? ਬਸ ਮੇਰਾ ਤਾਂ ਜਮਾ ਹੀ ਬੁਰਾ ਹਾਲ ਹੈ। ਹੋਣਾ ਕੀ ਹੈ, ਮੈਂ ਹੈਰੀ ਨਾਲ ਗੱਲ ਕੀਤੀ ਸੀ ਕਿ ਮੈਂ ਬੁਆਏਫ੍ਰੈਂਡ ਬਣਾਉਣ ਬਾਰੇ ਸੋਚ ਰਹੀ ਹਾਂ, ਉਹਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ, ਕਹਿੰਦਾ ਹਾਂ ਕੋਈ ਚੱਕਰ ਨਹੀਂ ਤੂੰ ਹੋਰ ਕੋਈ ਬੁਆਏਫ੍ਰੈਂਡ ਬਣਾ ਲਾ। ਅੱਛਾ, ਇਹਦਾ ਮਤਲਬ ਤਾਂ ਉਹਦੇ ਦਿਲ 'ਚ ਤੇਰੇ ਲਈ ਕੋਈ ਪਿਆਰ ਨਹੀਂ, ਸਿਰਫ ਉਹ ਤੈਨੂੰ ਦੋਸਤ ਹੀ ਮੰਨਦਾ। ਪਰ ਮੈਂ ਤਾਂ ਉਹਨੂੰ ਪਿਆਰ ਕਰਦੀ ਹਾਂ ਨਾ। ਤਾਂ ਫਿਰ ਜਾ ਕੇ ਉਹਨੂੰ ਦੱਸ ਦੇ ਵੀ ਮੈਂ ਹੁਣ ਤੈਨੂੰ ਬੁਆਏਫ੍ਰੈਂਡ ਬਣਾਉਣਾ ਅਤੇ ਮੈਂ ਤੈਨੂੰ ਦਿਲੋਂ ਪਿਆਰ ਕਰਦੀ ਹਾਂ। ਨਹੀਂ ਯਾਰ, ਜੇ ਹੈਰੀ ਦੇ ਦਿਲ ਵਿੱਚ ਥੋੜ੍ਹਾ ਜਿਹਾ ਵੀ ਪਿਆਰ ਹੁੰਦਾ ਨਾ ਮੇਰੇ ਲਈ, ਤਾਂ ਉਹ ਮੈਨੂੰ ਕਿਉਂ ਕਹਿੰਦਾ ਵੀ ਤੂੰ ਕਿਸੇ ਹੋਰ ਮੁੰਡੇ ਨੂੰ ਬੁਆਏਫ੍ਰੈਂਡ ਬਣਾ ਲਾ? ਮੈਂ ਨਹੀਂ ਚਾਹੁੰਦੀ ਕਿ ਇਹ ਸਭ ਗੱਲਾਂ ਦੱਸ ਕੇ ਮੈਂ ਆਪਣੀ ਦੋਸਤੀ ਵੀ ਖਰਾਬ ਕਰ ਲਾਂ। ਹਾਂ ਇਹ ਗੱਲ ਵੀ ਆ, ਫਿਰ ਤੂੰ ਕੀ ਸੋਚਿਆ? ਮੈਂ ਕੀ ਸੋਚਣਾ, ਦੇਖਦੀ ਹਾਂ ਅੱਗੇ ਕੀ ਹੁੰਦਾ। ਚੱਲ ਠੀਕ ਆ, ਜਿਵੇਂ ਵੀ ਹੋਇਆ ਮੈਨੂੰ ਦੱਸ ਦੀ। ਹਾਂ ਚੱਲ ਕੋਈ ਨਾ, ਮੈਂ ਫਿਰ ਕਰਦੀ ਹਾਂ ਤੇਰੇ ਨਾਲ ਗੱਲ। ਓਕੇ ਬਾਏ। ਹੈਰੀ ਜਲਦੀ ਜਲਦੀ ਕੌਫੀ ਪੀ ਲਾ, ਆਪਾਂ ਫਿਰ ਲੈਕਚਰ ਵੀ ਲਾਣਾ, ਸਾਰਾ ਦਿਨ ਫੋਨ ਨਾ ਚਲਾਈ ਆਇਆ ਕਰ। ਉਹ ਕੋਈ ਨਾ ਚੱਲਦੇ ਆ। ਉਹ ਸੱਚ, ਕੱਲ ਤੂੰ ਇੱਕ ਮੁੰਡੇ ਬਾਰੇ ਗੱਲ ਕਰਦੀ ਸੀ, ਕੌਣ ਆ ਉਹ ਤੇ ਕਿੱਥੇ ਆ? ਹਾਂ ਉਹ ਜਿਹੜਾ ਸਾਹਮਣੇ ਮੁੰਡਾ ਬੈਠਾ ਨਾ, ਉਹ ਹੈ। ਅੱਛਾ ਇਹ ਆ ਉਹ ਮੁੰਡਾ? ਪਰ ਮੇਰੀ ਗੱਲ ਸੁਣ ਯਾਰ, ਅਲਾਂ ਤਾਂ ਕਿਤੇ ਨੂੰ ਆਸ ਪਾਸ ਉਹਨੇ ਦੇਖਿਆ ਨਹੀਂ। ਉਹ ਚੱਲ ਛੱਡ, ਕੋਈ ਨਾ ਤੂੰ ਪਸੰਦ ਕੀਤਾ ਤਾਂ ਵਧੀਆ ਹੋਊ। ਚੱਲ ਐਂ ਕਰ, ਤੂੰ ਜਾ ਕੇ ਉਹਦੇ ਨਾਲ ਹੁਣੀ ਗੱਲ ਕਰਕੇ ਆ। ਕੀ ਹੁਣੇ? ਨਾ ਰੁੱਕ ਜਾ, ਹਜੇ ਮੈਂ ਕਿਸੇ ਪੰਡਿਤ ਕੋਲ ਜਾਂਦਾ ਵਧੀਆ ਜੀ ਕੋਲੇ, ਕੋਈ ਚੰਗਾ ਜਿਹਾ ਮੂਰਤ ਕਢਵਾ ਕੇ ਉਹਨਾਂ ਨੂੰ ਫੇਰ ਜਾਈ। ਹਾਂ ਚੰਗੇ ਜੇ ਪੰਡਿਤ ਕੋਲ ਜਾਈ ਫਿਰ ਤਾਂ। ਚੰਗੇ ਜੇ ਪੰਡਿਤ ਕੋਲ ਜਾਇਓ ਫਿਰ ਤਾਂ, ਹੁਣ ਤੇਰੇ ਕੋਲ ਵਧੀਆ ਮੌਕਾ, ਜਾ ਕੇ ਗੱਲ ਕਰ ਉਹਦੇ ਨਾਲ। ਪਰ ਮੈਂ, ਮੈਨੂੰ ਡਰ ਲੱਗਦਾ ਹੈਰੀ, ਫੇਰ ਕਿਸੇ ਦਿਨ ਸਹੀ। ਚੱਲ ਆਏ ਆਪਾਂ ਲੈਕਚਰ ਲਾਉਣ ਚੱਲੀ। ਡਰ ਨੂੰ ਕਿਹੜਾ ਭੂਤ ਆ, ਹੁਣ ਤੇਰੇ ਕੋਲ ਵਧੀਆ ਮੌਕਾ, ਜਾ ਗੱਲ ਕਰਕੇ ਉਹਦੇ ਨਾਲ। ਮੈਂ ਨਹੀਂ। ਉਹ ਤੂੰ ਹੁਣੀ ਜਾ, ਜਾ ਭੱਜਾ। ਮੈਂ ਕੀ ਕਹਾਂਗੀ, ਕੀ ਸੋਚੂ ਮੇਰੇ ਬਾਰੇ? ਵੀਰ ਜੀ ਸਤਿ ਸ਼੍ਰੀ ਅਕਾਲ, ਕਿ ਨਹੀਂ ਜਾ ਕੇ, ਜਾ ਗੱਲ ਕਰਕੇ ਉਹਦੇ ਨਾਲ। ਸੜਿਆ ਜਿਹਾ ਉਹ, ਜਾ। ਹੇ ਮਰਵਾਉ ਅੱਜ।
ਐਕਸਕਿਊਜ਼ ਮੀ। ਹਾਂਜੀ, ਮੈਨੂੰ ਤੁਹਾਡਾ ਫੋਨ ਮਿਲ ਸਕਦਾ? ਐਕਚੁਅਲੀ ਨਾ ਮੇਰਾ ਫੋਨ ਬੰਦ ਹੋ ਗਿਆ, ਮੈਂ ਆਪਣੀ ਫਰੈਂਡ ਨੂੰ ਕਾਲ ਕਰਨੀ ਸੀ। ਹਾਂਜੀ ਜ਼ਰੂਰ, ਲੋ ਕਰ ਲਓ। ਹੈਲੋ ਪ੍ਰੀਤ, ਮੈਂ ਸਿਮੀ ਬੋਲ ਰਹੀ ਹਾਂ, ਤੂੰ ਕਿੱਥੇ ਆ? ਮੈਂ ਤੇਰਾ ਕਦੋਂ ਦਾ ਵੇਟ ਕਰ ਰਹੀ ਹਾਂ, ਸਾਰੇ ਕਾਲਜ 'ਚ ਲੱਭ ਲਿਆ ਮੈਂ ਤੈਨੂੰ। ਹਾਂ ਹਾਂ ਠੀਕ ਹੈ, ਇਹ ਨਾ ਮੈਂ ਕਿਸੇ ਦਾ ਫੋਨ ਲਿੱਤਾ ਸੀਗਾ, ਮੇਰਾ ਫੋਨ ਐਕਚੁਅਲੀ ਨਾ ਬੰਦ ਹੋ ਗਿਆ, ਤੂੰ ਫਟਾਫਟ ਆ ਜਾ, ਮੈਂ ਕੰਟੀਨ 'ਚ ਤੇਰਾ ਵੇਟ ਕਰ ਰਹੀ ਹਾਂ। ਹਾਂ ਓਕੇ, ਹੈਲੋ, ਥੈਂਕ ਯੂ ਸੋ ਮਚ, ਇਟਸ ਓਕੇ, ਮੇਰੀ ਫਰੈਂਡ ਆ ਹੀ ਰਹੀ ਹੈ। ਤੁਸੀਂ ਇੱਦਾਂ ਕਰੋ, ਜਿੰਨਾ ਟਾਈਮ ਤੁਹਾਡੀ ਫਰੈਂਡ ਆਉਂਦੀ ਹੈ ਨਾ, ਇੱਥੇ ਹੀ ਬਹਿ ਜਾਓ, ਬਹਿ ਜਾਓ। ਕੀ ਹੋ ਗਿਆ ਜੀ, ਨਰਵਸ ਕਿਉਂ ਹੋ ਗਏ? ਨਹੀਂ ਜੀ ਨਹੀਂ, ਕੋਈ ਗੱਲ ਨਹੀਂ ਐਵੇਂ ਦੀ। ਚਲੋ ਛੱਡੋ, ਕੋਈ ਨਾ, ਤੁਸੀਂ ਕੀ ਨਾਮ ਦੱਸਿਆ ਸੀ ਆਪਣਾ? ਸਿਮੀ। ਵਧੀਆ ਨਾਮ ਹੈ ਜੀ। ਤੇ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਦੀਪ ਹੈ ਜੀ। ਕੀ ਕਰਦੇ ਹੋ ਤੁਸੀਂ? ਸਟੱਡੀ। ਆਈ ਨੋ, ਮੈਂ ਜਾਣਦਾ ਤੁਸੀਂ ਸਟੱਡੀ ਕਰਦੇ ਹੋ, ਬਟ ਸਟੱਡੀ ਵਿੱਚ ਕੀ ਕਰਦੇ ਹੋ? ਐਮਏ ਪੰਜਾਬੀ। ਸੋ ਨਾਈਸ, ਵਧੀਆ ਗੱਲ ਹੈ, ਪੰਜਾਬੀ ਦੇ ਨਾਲ ਨਾ ਜੁੜਿਆ ਰਹਿਣਾ ਚਾਹੀਦਾ, ਆਪਣੀ ਮਾਂ ਭਾਸ਼ਾ। ਹਾਂਜੀ, ਮੈਨੂੰ ਇਦਾਂ ਲੱਗ ਰਿਹਾ ਜੀ ਜਿਵੇਂ ਤੁਸੀਂ ਇੱਥੇ ਨਾ ਅਨਕੰਫਰਟੇਬਲ ਫੀਲ ਕਰ ਰਹੇ ਹੋ। ਨਹੀਂ ਨਹੀਂ, ਐਵੇਂ ਦੀ ਕੋਈ ਗੱਲ ਨਹੀਂ ਹੈ। ਚਲੋ ਸ਼ੇਅਰ ਕਰੋ। ਨਹੀਂ ਨਹੀਂ, ਥੈਂਕ ਯੂ ਸੋ ਮਚ। ਰੱਬਾ, ਇਹ ਤਾਂ ਮੇਰੇ ਪਿੱਛੇ ਪੈ ਗਿਆ, ਹੁਣ ਮੈਂ ਕੀ ਕਰਾਂ? ਤੁਹਾਡਾ ਫੋਨ ਵੱਜ ਰਿਹਾ, ਤੁਸੀਂ ਤਾਂ ਕਹਿ ਰਹੇ ਸੀ ਮੇਰਾ ਫੋਨ ਬੰਦ ਹੈ। ਉਹ ਐਕਚੁਅਲੀ ਨਾ ਮੇਰੇ ਫੋਨ ਦੀ ਬੈਟਰੀ ਲੋ ਸੀ, ਤਾਂ ਮੈਨੂੰ ਐਵੇਂ ਸੀ ਜੇ ਮੈਂ ਫੋਨ ਕਰਾਂਗੀ ਤਾਂ ਸ਼ਾਇਦ ਅੱਧ ਵਿੱਚ ਘਰ ਕੱਟ ਨਾ ਜਾਵੇ, ਤਾਂ ਕਰਕੇ ਮੈਂ ਤੁਹਾਡਾ ਫੋਨ ਯੂਜ਼ ਕਰਿਆ ਸੀ। ਵੈਸੇ ਪਹਿਲਾਂ ਇੱਥੇ ਮੈਂ ਤੁਹਾਨੂੰ ਕਦੇ ਵੇਖਿਆ ਨਹੀਂ, ਤੁਸੀਂ ਨਵੇਂ ਆਏ ਹੋ? ਹਾਂਜੀ, ਮੇਰੀ ਨਿਊ ਐਡਮਿਸ਼ਨ ਹੈ। ਓਕੇ, ਕੀ ਕਰ ਰਹੇ ਹੋ ਵੈਸੇ ਤੁਸੀਂ? ਮੈਂ ਲਾਅ 'ਚ ਐਡਮਿਸ਼ਨ ਲਈ ਹੈ, ਲਾਅ ਕਰ ਰਹੀ ਹਾਂ। ਓਕੇ, ਦੈਟਸ ਗ੍ਰੇਟ। ਹਾਂਜੀ, ਹੈਲੋ, ਬਸ ਕੁਛ ਨਹੀਂ, ਕੰਟੀਨ 'ਚ ਬੈਠਾ ਜੀ। ਠੀਕ ਹੈ, ਮੈਂ ਚਲੋ, ਮੇਰੇ ਫਰੈਂਡ ਦਾ ਫੋਨ ਆਇਆ ਜੀ ਅਤੇ ਮੈਂ ਚੱਲਿਆ। ਓਕੇ, ਫਿਰ ਮਿਲਦੇ ਹਾਂ। ਨਾਈਸ ਟੂ ਮੀਟ ਯੂ। ਓਕੇ, ਸ਼ੁਕਰ ਹੈ ਗਿਆ, ਇਹਨੂੰ ਦੱਸ ਦਿਆ ਮੈਂ ਹੁਣ। ਆ ਗਈ? ਹਾਂ ਆ ਗਈ। ਉਹ ਵੀ ਗੱਲਬਾਤ, ਨੰਬਰ ਵੀ ਮਿਲ ਗਿਆ ਹੋਣਾ? ਆਹੋ ਮਿਲ ਗਿਆ ਨੰਬਰ। ਉਹ ਚੱਲ ਯਾਰ, ਵਧੀਆ ਗੱਲ ਆ, ਤੈਨੂੰ ਉਹਦਾ ਨੰਬਰ ਮਿਲ ਗਿਆ ਹੁਣ, ਤੂੰ ਐਂ ਕਰੀ ਘਰੇ ਜਾ ਕੇ ਉਹਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੀ ਤੇ ਮਾਮਲਾ ਸੈੱਟ। ਤੈਨੂੰ ਜਮਾ ਵੀ ਬੁਰਾ ਨਹੀਂ ਲੱਗ ਰਿਹਾ? ਲੈ ਯਾਰ, ਮੈਨੂੰ ਪਹਿਲਾਂ ਕਿਉਂ ਬੁਰਾ ਲੱਗਣ ਲੱਗਿਆ, ਤੂੰ ਉਹਨੂੰ ਪਸੰਦ ਕਰਦੀ ਸੀ, ਉਹ ਤੈਨੂੰ ਮਿਲ ਗਿਆ, ਇਹ ਤਾਂ ਫਿਰ ਖੁਸ਼ੀ ਦੀ ਗੱਲ ਹੋਈ ਨਾ, ਮੈਨੂੰ ਬੁਰਾ ਕਿਉਂ ਲੱਗਣ ਲੱਗਿਆ ਪਹਿਲਾਂ? ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਕਿਤੇ ਆ ਬੋਏਫ੍ਰੈਂਡ ਦੇ ਚੱਕਰ ਦੇ ਵਿੱਚ ਆਪਦੇ ਬੈਸਟ ਫਰੈਂਡ ਨੂੰ ਨਾ ਭੁੱਲ ਜੀ। ਨਹੀਂ ਯਾਰ, ਪਾਗਲ ਹੈ ਤੂੰ,
ਤੈਨੂੰ ਕਿਵੇਂ ਭੁੱਲ ਸਕਦੀ ਆ? ਤੂੰ ਤਾਂ ਮੇਰਾ ਸਭ ਤੋਂ ਵਧੀਆ ਦੋਸਤ ਆ, ਮੇਰਾ ਬੈਸਟ ਫਰੈਂਡ। ਅੱਛਾ ਫੇਰ ਠੀਕ ਆ, ਚਲ ਆ ਲੈਕਚਰ ਲਾਉਣ ਚੱਲਦੇ ਆ, ਫਿਰ ਲੇਟ ਹੋ ਜਾਂਦੇ ਆ। ਹੋਰ ਚਲ ਆ ਜਾ, ਚਲ ਕਿਤੇ ਲੇਟ ਨਾ ਹੋ ਜਾਈਏ। ਹੋਰ ਹੈਰੀ ਕੀ ਹਾਲ ਚਾਲ ਆ? ਬਹੁਤ ਵਧੀਆ ਬਾਈ। ਵਧੀਆ ਕਿਵੇਂ ਨਹੀਂ ਹੋਊਗਾ, ਇੰਨੀ ਘੈਂਟ ਫਰੈਂਡ ਜੋ ਮੇਰੀ ਹੋਈ ਹੈ। ਕੀ ਬਕਵਾਸ ਕਰਦਾ ਓਏ, ਅੱਜ ਤਾਂ ਇਹ ਗੱਲ ਕਹਿਤੀ, ਅੱਗੇ ਤੋਂ ਨਾ ਬੋਲਦੀਆਂ ਕੁਛ, ਸਾਲੇ ਗਿੱਟੇ ਘੁੱਟ ਨੂੰ। ਓ ਯਾਰ ਤੂੰ ਤਾਂ ਗੁੱਸਾ ਹੀ ਕਰ ਗਿਆ, ਮੈਂ ਤਾਂ ਤੇਰੇ ਨਾਲ ਮਜ਼ਾਕ ਕਰਦਾ ਸੀ। ਓ ਯਾਰ ਤੂੰ ਤਾਂ ਰਿਐਕਟ ਕਰਦਾ ਜਿਵੇਂ ਤੇਰੀ ਉਹ ਗਰਲ ਫਰੈਂਡ ਹੁੰਦੀ ਹੈ, ਕੁਛ ਤਾਂ ਜਸਟ ਫਰੈਂਡ ਸੀ ਨਾ? ਹਾਂ ਉਹ ਮੇਰੀ ਦੋਸਤ ਆ, ਉਹਦੇ ਬਾਰੇ ਨਾ ਹੈ ਕੁਛ ਮੈਂ ਉਲਟਾ ਸਿੱਧਾ ਕੁਛ ਵੀ ਨਹੀਂ ਸੁਣ ਸਕਦਾ। ਯਾਰ ਮੈਨੂੰ ਤਾਂ ਲੱਗਦਾ ਤੂੰ ਉਹਨੂੰ ਪਿਆਰ ਕਰਦਾ। ਪਿਆਰ? ਉਹ ਨਾ ਨਾ ਬਾਈ, ਉਹ ਤਾਂ ਮੇਰੀ ਸਿਰਫ ਦੋਸਤ ਆ, ਹੋਰ ਕੁਝ ਨਹੀਂ ਯਾਰ। ਅੱਛਾ ਯਾਰ ਜਿਹੜੇ ਹਿਸਾਬ ਨਾਲ ਤੂੰ ਰਿਐਕਟ ਕਰ ਰਿਹਾ, ਮੈਨੂੰ ਤਾਂ ਨਹੀਂ ਲੱਗਦਾ ਸਿਰਫ ਤੇਰੀ ਦੋਸਤ ਹੈ। ਚੰਗਾ ਫਿਰ। ਲੈ ਕੋਲਡ ਡਰਿੰਕ ਲੈ ਲਓ। ਨਹੀਂ ਮੈਂ ਨਹੀਂ ਪੀਣੀ। ਨਾਲ ਮੇਰੀ ਗੱਲ ਸੁਣ ਯਾਰ, ਫੋਨ ਨਾ ਮਾੜਾ ਜਿਹਾ ਕਰ ਲਿਆ ਕਰ, ਮੇਰਾ ਸਾਰਾ ਦਿਨ ਨਾ ਟਾਈਮ ਨਹੀਂ ਲੰਘਦਾ ਹੈਗਾ। ਅੱਛਾ ਜੀ। ਹੋਰ ਕੀ, ਤੂੰ ਬਹੁਤ ਘੱਟ ਫੋਨ ਕਰਦੀ। ਨਹੀਂ ਐਕਚੁਅਲੀ ਪਤਾ ਮੈਂ ਸਟੱਡੀ ਵੱਲ ਵੀ ਜ਼ਿਆਦਾ ਧਿਆਨ ਦਿੰਦੀ ਨਾ, ਤਾਂ ਕਰਕੇ ਟਾਈਮ ਨਹੀਂ ਹੁੰਦਾ ਹੈਗਾ। ਯਾਰ ਉਹ ਤਾਂ ਮੈਨੂੰ ਪਤਾ ਹੈ, ਸਟੱਡੀ ਜ਼ਰੂਰੀ ਹੈ ਨਾ ਤਾਂ ਫੋਨ ਵੀ ਜ਼ਰੂਰੀ ਹੈ। ਹਾਂਜੀ ਇੱਕ ਮਿੰਟ ਮੈਂ ਗੱਲ ਕਰ ਲਾਂ। ਕੋਈ ਨਹੀਂ ਕਰ ਲਾਂ। ਹਾਂ ਹੈਰੀ ਦੱਸ। ਯਾਰ ਕਿੱਥੇ ਆ ਤੂੰ? ਮੈਂ ਦੀਪ ਨਾਲ ਬਾਹਰ ਆਈ ਹੋਈ ਸੀ, ਤੂੰ ਜਲਦੀ ਕੰਮ ਦੱਸ ਮੈਨੂੰ ਕੀ ਆ। ਦੀਪ ਨਾਲ? ਯਾਰ ਕੱਲ ਵੀ ਤੂੰ ਦੀਪ ਨਾਲ ਹੀ ਸੀ, ਮੇਰਾ ਫੋਨ ਵੀ ਨਹੀਂ ਚੱਕੀ ਜਾਂਦੀ, ਕੀ ਚੱਲ ਰਿਹਾ ਸਭ? ਮੇਰੀ ਗੱਲ ਸੁਣ, ਤੂੰ ਸਮਝਣ ਦੀ ਕੋਸ਼ਿਸ਼ ਕਰ, ਮੈਂ ਦੀਪ ਨਾਲ ਆਈ ਹੋਈ ਆ, ਉਹ ਕੀ ਸੋਚੂਗਾ ਮੇਰੇ ਬਾਰੇ? ਮੇਰੀ ਗੱਲ ਸੁਣ, ਮੈਂ ਤੇਰੇ ਨਾਲ ਹਜੇ ਕੋਈ ਗੱਲ ਨਹੀਂ ਕਰਨੀ, ਪਹਿਲੇ ਮੇਰਾ ਬੁਆਏਫ੍ਰੈਂਡ ਨਹੀਂ ਸੀਗਾ ਤਾਂ ਮੈਂ ਤੇਰੇ ਨਾਲ ਸਾਰੀ ਗੱਲਾਂ ਸ਼ੇਅਰ ਕਰਦੀ ਸੀ, ਹੁਣ ਮੇਰਾ ਬੁਆਏਫ੍ਰੈਂਡ ਬਣ ਚੁੱਕਾ, ਮੈਂ ਤੇਰੇ ਨਾਲ ਬਾਅਦ 'ਚੋਂ ਗੱਲ ਕਰਾਂਗੀ, ਠੀਕ ਆ? ਮੈਂ ਸਾਰਾ ਟਾਈਮ ਦੀਪ ਨਾਲ ਸਪੈਂਡ ਕਰਨਾ ਚਾਹੁੰਦੀ ਹਾਂ। ਚੱਲ ਠੀਕ ਆ ਯਾਰ, ਮੈਂ ਹੀ ਜ਼ਿਆਦਾ ਓਵਰ ਰਿਐਕਟ ਕਰ ਰਿਹਾ ਸੀ। ਇੰਜੋਏ ਯੂਅਰ ਡੇ ਐਂਡ ਸੋਰੀ। ਹੈਰੀ ਦਾ ਫੋਨ ਸੀ? ਹਾਂਜੀ। ਯਾਰ ਇਹ ਤੈਨੂੰ ਬੜੀ ਫੋਨ ਕਰਦਾ, ਇੱਕ ਗੱਲ ਦੱਸ, ਹੈਰੀ ਤੇਰਾ ਜਸਟ ਫਰੈਂਡ ਹੀ ਹੈ? ਯਾ ਆਫ ਕੋਰਸ, ਉਹ ਮੇਰਾ ਬਹੁਤ ਵਧੀਆ ਫਰੈਂਡ ਹੈ, ਪਰ ਤੁਸੀਂ ਐਵੇਂ ਕਿਉਂ ਪੁੱਛ ਰਹੇ ਹੋ? ਨਹੀਂ ਨਹੀਂ ਵੈਸੇ ਹੀ ਪੁੱਛਿਆ, ਚੱਲ ਛੱਡ, ਆਪਣਾ ਅੱਜ ਫਿਲਮ ਦੇਖ ਕੇ ਆਉਂਦਾ, ਬੜੀ ਰੋਮਾਂਟਿਕ ਜਿਹੀ ਮੂਵੀ ਲੱਗੀ, ਚੱਲੀਏ। ਹਾਂਜੀ ਚਲੋ। ਚਲ ਆ ਜਾਓ, ਚੱਲਦੇ ਹਾਂ।
ਹਾਂ ਦੱਸ ਹੈਰੀ, ਕਿਉਂ ਬੁਲਾਇਆ ਮੈਨੂੰ ਇੱਥੇ? ਯਾਰ ਤੂੰ ਕੱਲ ਮੇਰਾ ਵਾਰੀ ਵਾਰੀ ਫੋਨ ਕੋ ਕੱਟ ਰਹੀ ਸੀ, ਕਿੰਨੇ ਫੋਨ ਮਿਲਾਏ ਤੈਨੂੰ ਮੈਂ ਕੱਲ? ਯਾਰ ਦੇਖ ਹੈਰੀ, ਤੈਨੂੰ ਵੀ ਪਤਾ ਮੈਂ ਦੀਪ ਨਾਲ ਬਾਹਰ ਸੀ ਉਦੋਂ। ਤੂੰ ਆਪ ਸਮਝਦਾਰ ਹੈ, ਉਹ ਮੇਰੇ ਬਾਰੇ ਕੀ ਸੋਚਦਾ ਹੋਊਗਾ ਜੋ ਤੂੰ ਮੈਨੂੰ ਵਾਰੀ ਵਾਰੀ ਫੋਨ ਕਰੀ ਜਾਂਦਾ ਸੀਗਾ। ਯਾਰ ਮੈਨੂੰ ਪਤਾ ਇਹ ਸਭ ਠੀਕ ਨਹੀਂ ਸੀ, ਮੈਂ ਤੈਨੂੰ ਵਾਰੀ ਵਾਰੀ ਫੋਨ ਕਰ ਰਿਹਾ ਸੀ, ਪਰ ਯਾਰ ਮੈਂ ਕੀ ਕਰਾਂ, ਪਤਾ ਨਹੀਂ ਮੈਨੂੰ ਯਾਰ ਬੜਾ ਅਜੀਬ ਜਿਹਾ ਫੀਲ ਹੋ ਰਿਹਾ, ਐਵੇਂ ਲੱਗ ਰਿਹਾ ਜਿਵੇਂ ਤੂੰ ਮੇਰੇ ਤੋਂ ਬਹੁਤ ਦੂਰ ਜਾ ਰਹੀ ਹੈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਯਾਰ ਇਹ ਸਭ ਕੀ ਹੋ ਰਿਹਾ। ਦੀਪ ਮੇਰਾ ਬੁਆਏਫ੍ਰੈਂਡ ਹੈ ਤੇ ਤੂੰ ਮੇਰਾ ਬੈਸਟ ਫਰੈਂਡ ਹੈ, ਤੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ ਹੈਰੀ? ਅੱਛਾ, ਪਰ ਜਦੋਂ ਉਹ ਨਹੀਂ ਹੁੰਦਾ ਸੀ ਤਾਂ ਮੈਂ ਹੀ ਤੇਰੇ ਲਈ ਸਭ ਕੁਝ ਸੀ, ਜਦੋਂ ਉਹ ਆ ਗਿਆ ਤਾਂ ਮੇਰੀ ਕੋਈ ਵੈਲਿਊ ਨਹੀਂ ਰਹੀ। ਯਾਰ ਤੂੰ ਪਾਗਲ ਹੋਇਆ, ਕਿਹੋ ਜਿਹੀ ਗੱਲਾਂ ਕਰੀ ਜਾਂਦਾ, ਤੂੰ ਸਮਝਦਾ ਕਿਉਂ ਨਹੀਂ ਇਸ ਗੱਲ ਨੂੰ? ਤੂੰ ਮੇਰਾ ਸਿਰਫ ਬੈਸਟ ਫਰੈਂਡ ਹੈ ਤੇ ਉਹ ਮੇਰਾ ਬੁਆਏਫ੍ਰੈਂਡ ਹੈ। ਬੁਆਏਫ੍ਰੈਂਡ ਤਾਂ ਮੈਂ ਕੁਛ ਨਹੀਂ ਹੈ ਤੇਰੀ ਲਾਈਫ ਦੇ ਵਿੱਚ, ਜਦੋਂ ਉਹ ਨਹੀਂ ਸੀ ਹੁੰਦਾ ਤਾਂ ਸਭ ਕੁਛ ਸੀ ਮੈਂ ਤੇਰਾ। ਠੀਕ ਆ ਯਾਰ, ਤੂੰ ਐਂ ਕਰ, ਤੂੰ ਉਹਨੂੰ ਛੱਡ ਦੇ, ਮੈਂ ਨਾ ਤੈਨੂੰ ਆਪਣੇ ਤੋਂ ਦੂਰ ਹੁੰਦੇ ਨਹੀਂ ਦੇਖ ਸਕਦਾ, ਮੈਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਯਾਰ। ਮੈਨੂੰ ਲੱਗਦਾ ਤੂੰ ਨਾ ਪਾਗਲ ਹੋ ਰਿਹਾ, ਪਤਾ ਨਹੀਂ ਅਜੀਬ ਜਿਹੀ ਗੱਲਾਂ ਕਰੀ ਜਾਂਦਾ ਮੇਰੇ ਨਾਲ। ਮੇਰੀ ਗੱਲ ਸੁਣ, ਮੈਂ ਹੁਣ ਚੱਲਦੀ, ਮੈਨੂੰ ਦੀਪ ਦਾ ਵਾਰ ਵਾਰ ਫੋਨ ਆਈ ਜਾਂਦਾ। ਅੱਛਾ, ਉਹ ਕੱਲ ਦਾ ਆਇਆ, ਹੁਣ ਮੇਰੇ ਨਾਲ ਜ਼ਿਆਦਾ ਜ਼ਰੂਰੀ ਹੋ ਗਿਆ ਤੈਨੂੰ? ਹਾਂ ਉਹ ਮੇਰੇ ਲਈ ਹੈ ਜ਼ਰੂਰੀ, ਕਿਉਂਕਿ ਉਹ ਮੇਰਾ ਬੁਆਏਫ੍ਰੈਂਡ ਹੈ, ਮੈਂ ਉਹਨੂੰ ਪਿਆਰ ਕਰਦੀ ਹਾਂ, ਤੇ ਤੂੰ ਮੇਰਾ ਸਿਰਫ ਦੋਸਤ ਆ, ਇਸ ਤੋਂ ਵੱਧ ਕੇ ਕੁਛ ਵੀ ਨਹੀਂ। ਅੱਛਾ ਤਾਂ ਫਿਰ ਮੈਨੂੰ ਇੱਕ ਗੱਲ ਦੱਸ, ਜੇ ਤੈਨੂੰ ਦੋਸਤੀ ਤੇ ਪਿਆਰ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਵੇ ਤਾਂ ਤੂੰ ਕਿਹਨੂੰ ਚੁਣੇਗੀ? ਓਬਵੀਅਸ ਜੀ ਗੱਲ ਹੈ, ਆਪਣੇ ਪਿਆਰ ਨੂੰ, ਆਪਣੇ ਪਿਆਰ ਨੂੰ, ਆਪਣੇ ਪਿਆਰ ਨੂੰ। ਕੀ ਹਾਲ ਹੈ ਜੀ? ਵਧੀਆ ਬਾਈ ਦੀਪ, ਤੁਸੀਂ ਸੁਣਾ? ਵਧੀਆ, ਕਿਵੇਂ ਪਰੇਸ਼ਾਨ ਜਿਹਾ ਲੱਗਦਾ? ਨਾ ਨਾ, ਐਵੇਂ ਲੱਗਦਾ ਠੀਕ ਆ। ਕੀ ਗੱਲ ਹੋਈ ਆ ਮੈਨੂੰ ਦੱਸ। ਨਹੀਂ ਕੁਛ ਵੀ ਨਹੀਂ, ਠੀਕ ਆ ਯਾਰ। ਬਸ ਕਰ, ਬੜੇ ਡਰਾਮੇ ਜੇ ਨਾ ਕਰ, ਮੈਂ ਤੇਰਾ ਦੋਸਤ ਆ, ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ। ਕੱਲ ਦੱਸ ਕੀ ਹੋਈ ਹੈਗੀ? ਯਾਰ ਜਗਦੀਪ, ਕੀ ਦੱਸਾਂ ਤੈਨੂੰ, ਉਹ ਸਿੰਮੀ ਨਾ। ਕਿਉਂ, ਕੀ ਹੋਇਆ ਸਿੰਮੀ ਨੂੰ? ਯਾਰ ਸਿੰਮੀ ਨੇ ਨਾ ਬੁਆਏਫ੍ਰੈਂਡ ਬਣਾ ਲਿਆ। ਫੇਰ ਕੀ ਹੋਇਆ? ਤੂੰ ਤਾਂ ਉਹਦਾ ਬੈਸਟ ਫਰੈਂਡ ਆ, ਅੱਜ ਨਹੀਂ ਤਾਂ ਕੱਲ ਉਹਨੇ ਬੁਆਏਫ੍ਰੈਂਡ ਬਣਾਉਣਾ ਹੀ ਸੀ। ਯਾਰ ਮੈਂ ਤਾਂ ਦੇਖਿਆ ਨਹੀਂ ਜਾਂਦਾ ਸਭ ਕੁਛ। ਅੱਛਾ, ਇਹਦਾ ਮਤਲਬ ਤੈਨੂੰ ਪਿਆਰ ਕਰਦਾ, ਤਾਂ ਤੇਰੇ ਤੋਂ ਸਭ ਕੁਝ ਦੇਖਿਆ ਨਹੀਂ ਜਾਂਦਾ? ਹਾਂ ਯਾਰ, ਕਰਦਾ ਮੈਂ ਉਹਨੂੰ ਪਿਆਰ, ਆਪਣੇ ਤੋਂ ਦੂਰ ਹੁੰਦੇ ਦੇਖ ਕੇ ਮੈਨੂੰ ਇਹ ਅਹਿਸਾਸ ਹੋਇਆ ਮੈਂ ਨਹੀਂ ਰਹਿ ਸਕਦਾ ਉਹਦੇ ਬਿਨਾਂ। ਪਰ ਹੁਣ ਕੀ ਫਾਇਦਾ ਯਾਰ, ਉਹ ਤਾਂ ਕਿਸੇ ਹੋਰ ਨੂੰ ਪਿਆਰ ਕਰਦੀ ਹੈ ਨਾ। ਯਾਰ ਤੂੰ ਨਾਲ ਇੱਕ ਵਾਰੀ ਗੱਲ ਕਰਕੇ ਤਾਂ ਦੇਖ, ਦੱਸ ਤਾਂ ਸਹੀ ਉਹਨੂੰ ਵੀ ਤੂੰ ਪਿਆਰ ਕਰਦਾ। ਨਹੀਂ ਯਾਰ, ਹੁਣ ਤਾਂ ਬਹੁਤ ਦੇਰ ਹੋ ਗਈ ਆ, ਹੁਣ ਕੋਈ ਫਾਇਦਾ ਨਹੀਂ ਉਹਦੇ ਨਾਲ ਗੱਲ ਕਰਨ ਦਾ। ਮੈਂ ਕੱਲ੍ਹ ਸ਼ਹਿਰ ਛੱਡ ਕੇ ਜਾ ਰਿਹਾ ਆਪਣੇ ਪਿੰਡ ਵਾਪਸ, ਇੱਥੇ ਰਹਿ ਕੇ ਮੈਂ ਉਹਨੂੰ ਨਹੀਂ ਦੇਖ ਸਕਦਾ ਕਿਸੇ ਹੋਰ ਨਾਲ। ਚੱਲ ਠੀਕ ਆ ਬਾਈ, ਤੇਰੀ ਮਰਜ਼ੀ ਆ, ਮੈਂ ਚੱਲਦਾ। ਠੀਕ ਆ ਬਾਈ, ਠੀਕ ਆ ਬਾਈ। ਸਿੰਮੀ, ਇੱਕ ਮਿੰਟ ਮੇਰੇ ਨਾਲ ਗੱਲ ਕਰ ਸਕਦੀ ਆ?
ਮੈਂ ਇੱਕ ਮਿੰਟ ਗੱਲ ਕਰ ਰਹੀ ਹਾਂ। ਹਾਂ ਦੱਸ, ਹੁਣ ਕੀ ਗੱਲ ਕਰਨੀ ਰਹਿ ਗਈ? ਯਾਰ ਕੱਲ ਹੀ ਸੌਰੀ, ਮੈਂ ਕੁਝ ਜ਼ਿਆਦਾ ਹੀ ਓਵਰ ਐਕਟ ਕਰ ਰਿਹਾ ਸੀ। ਤੂੰ ਰਹਿ ਖੁਸ਼ ਆਪਣੇ ਬੁਆਏਫ੍ਰੈਂਡ ਨਾਲ, ਤੇ ਹਾਂ ਮੈਂ ਕੱਲ ਨੂੰ ਸ਼ਹਿਰ ਛੱਡ ਕੇ ਜਾ ਰਿਹਾ ਆਪਣੇ ਪਿੰਡ ਵਾਪਸ। ਕਿਉਂ? ਬਸ ਯਾਰ ਹੁਣ ਇੱਥੇ ਮੇਰਾ ਦਿਲ ਨਹੀਂ ਲੱਗਦਾ। ਉੱਥੇ ਬਾਪੂ ਨਾਲ ਖੇਤਾਂ 'ਚ ਕੰਮ ਕਰਾਊਂਗਾ ਤਾਂ ਦਿਲ ਕੁਛ ਹੋਰ ਹੋ ਜੂ। ਲੈ ਯਾਰ, ਇਸ ਸ਼ਹਿਰ ਛੱਡਣ ਵਾਲੀ ਕਿਹੜੀ ਗੱਲ ਹੈ? ਤੂੰ ਇੱਥੇ ਰਹਿ ਕੇ ਵੀ ਤਾਂ ਕੰਮ ਕਰ ਹੀ ਸਕਦਾ। ਨਾ ਯਾਰ, ਹੁਣ ਇੱਥੇ ਨਹੀਂ ਮੇਰਾ ਜੀ ਲੱਗਣਾ, ਕਿਉਂਕਿ ਜਿਹੜੇ ਆਪਣੇ ਸੀ ਉਹ ਵੀ ਬਦਲ ਗਏ। ਦੇਖ ਹੈਰੀ, ਤੂੰ ਕੁਝ ਜ਼ਿਆਦਾ ਹੀ ਸੋਚ ਰਹੇ ਹੈ, ਐਵੇਂ ਦੀ ਕੋਈ ਗੱਲ ਨਹੀਂ ਹੈ। ਹਾਂ ਯਾਰ ਮੈਂ ਕੁਛ ਜ਼ਿਆਦਾ ਹੀ ਸੋਚ ਰਿਹਾ, ਨਾਲੇ ਤੂੰ ਆਪਣਾ ਖਿਆਲ ਰੱਖੀ। ਅੱਜ ਦੇ ਵਿਛੜੇ ਹੋਏ, ਫਿਰ ਪਤਾ ਨਹੀਂ ਕਦੋਂ ਮਿਲਾਂਗੇ। ਹੈਰੀ ਤੂੰ ਕਿਉਂ ਜਾ ਰਿਹਾ? ਨਾ ਜਾ ਪਲੀਜ਼। ਨਾ ਯਾਰ, ਚਾਹ ਲੈਣ ਦੇ ਮੈਨੂੰ, ਤੂੰ ਮੇਰੇ ਤੋਂ ਦੂਰ ਹੋ ਰਹੀ ਆ, ਇਹ ਮੇਰੇ ਤੋਂ ਦੇਖਿਆ ਨਹੀਂ ਜਾਂਦਾ। ਫਿਰ ਤੂੰ ਕਹਿ ਕਿਉਂ ਨਹੀਂ ਦਿੰਦਾ ਕਿ ਤੂੰ ਮੈਨੂੰ ਪਿਆਰ ਕਰਦਾ? ਹਾਂ ਕਰਦਾ ਮੈਂ ਤੈਨੂੰ ਪਿਆਰ। ਫਿਰ ਪਹਿਲਾਂ ਕਿਉਂ ਨਹੀਂ ਕਿਹਾ ਕਦੇ ਮੈਨੂੰ? ਯਾਰ ਉਸ ਟਾਈਮ ਨਹੀਂ ਸੀ ਸਮਝ ਮੈਨੂੰ, ਜਦੋਂ ਤੂੰ ਮੇਰੇ ਤੋਂ ਦੂਰ ਹੋਈ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਤੈਨੂੰ ਪਿਆਰ ਕਰਦਾ। ਮੈਂ ਵੀ ਤਾਂ ਤੈਨੂੰ ਕਿੰਨੀ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰੀ ਹੈ, ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਮੈਂ ਆਪਣਾ ਬੁਆਏਫ੍ਰੈਂਡ ਬਣਾਉਣਾ, ਜਾਂ ਫਿਰ ਤੇਰੀ ਕੋਈ ਗਰਲਫ੍ਰੈਂਡ ਹੈਗੀ ਹੈ ਜਾਂ ਫਿਰ ਤੂੰ ਆਪਣੀ ਕੋਈ ਗਰਲਫ੍ਰੈਂਡ ਬਣਾ ਲਾ। ਹੋਰ ਵੀ ਤੈਨੂੰ ਕਿੰਨੇ ਹਿੰਟ ਦਿੱਤੇ ਮੈਂ, ਮੈਂ ਸਿੱਧਾ ਆ ਕੇ ਥੋੜ੍ਹੀ ਕਹਿ ਸਕਦੀ ਸੀ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ। ਯਾਰ ਤੂੰ ਮੈਨੂੰ ਇੱਕ ਵਾਰ ਤਾਂ ਕਹਿ ਦਿੰਦੀ ਕਿ ਤੂੰ ਮੈਨੂੰ ਪਿਆਰ ਕਰਦੀ ਆ। ਅੱਛਾ, ਤੂੰ ਵੀ ਤਾਂ ਕਹਿ ਸਕਦਾ ਸੀ ਕਿ ਤੂੰ ਮੈਨੂੰ ਪਿਆਰ ਕਰਦਾ। ਲੈ ਫਿਰ ਆਪਣਾ ਬਣਾਇਆ ਪਲਾਨ ਕੰਮ ਕਰੇਗਾ। ਪਲਾਨ ਕਿਹੜਾ ਪਲਾਨ ਆ? ਦੱਸ ਇਹਨੂੰ। ਮੈਂ ਦੱਸਦੀ ਆ, ਆਪਣਾ ਅੱਜ ਫਿਲਮ ਦੇਖ ਕੇ ਆਉਣਾ, ਬੜੀ ਰੋਮਾਂਟਿਕ ਜੀ ਮੂਵੀ ਲੱਗੀ, ਚਲੀਏ। ਹਾਂਜੀ ਚਲੋ, ਚਲ ਆ ਜਾਓ, ਚਲਦੇ ਹਾਂ। ਪਰ ਮੈਂ ਤੁਹਾਡੇ ਨਾਲ ਨਾ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ, ਬੈਠੋ। ਦੱਸੋ ਕੀ ਗੱਲ ਕਰਨੀ ਆ? ਮੈਂ ਲੈ ਇਹਦੇ ਵਿੱਚ ਝਿਜਕਣ ਵਾਲੀ ਕਿਹੜੀ ਗੱਲ ਹੈ? ਜੋ ਵੀ ਗੱਲ ਕਰਨੀ ਨਾ ਖੁੱਲ੍ਹ ਕੇ ਦੱਸੋ। ਮੈਂ ਐਕਚੁਲੀ ਹੈਰੀ ਨੂੰ ਬਹੁਤ ਪਿਆਰ ਕਰਦੀ ਹਾਂ। ਉਹ ਇਹ ਤਾਂ ਮੈਨੂੰ ਪਤਾ ਸੀ ਵੀ ਤੂੰ ਹੈਰੀ ਨੂੰ ਪਿਆਰ ਕਰਦੀ ਹੈ। ਮੈਨੂੰ ਵੀ ਨਾ ਬੜੀ ਵਾਰ ਮਹਿਸੂਸ ਹੋਇਆ ਤੂੰ ਬੈਠੀ ਤਾਂ ਮੇਰੇ ਕੋਲ ਹੁੰਦੀ ਸੀ ਪਰ ਤੇਰਾ ਦਿਲ ਅਤੇ ਦਿਮਾਗ ਨਾ ਹੈਰੀ 'ਚ ਹੁੰਦਾ ਸੀ। ਤੂੰ ਮੈਨੂੰ ਇੱਕ ਗੱਲ ਦੱਸ, ਜੇ ਤੂੰ ਹੈਰੀ ਨੂੰ ਪਿਆਰ ਕਰਦੀ ਹੈ ਫਿਰ ਤੂੰ ਉਹਨੂੰ ਕਦੇ ਦੱਸਿਆ ਕਿਉਂ ਨਹੀਂ? ਮੈਂ ਕਿਵੇਂ ਦੱਸਾਂ ਯਾਰ, ਤੁਹਾਨੂੰ ਤਾਂ ਪਤਾ ਹੀ ਹੈ ਕੁੜੀਆਂ ਨੇ ਕਦੇ ਪਹਿਲ ਕੀਤੀ ਹੈ। ਉਹ ਯਾਰ ਇਹ ਤਾਂ ਮੈਨੂੰ ਪਤਾ ਹੈ ਵੀ ਕੁੜੀਆਂ ਪਹਿਲ ਨਹੀਂ ਕਰਦੀਆਂ ਪਰ ਹੈਰੀ ਤਾਂ ਤੇਰਾ ਨਾ ਬੈਸਟ ਫਰੈਂਡ ਸੀ, ਤੂੰ ਉਹਨੂੰ ਤਾਂ ਆਪਣੇ ਦਿਲ ਦੀ ਗੱਲ ਦੱਸ ਸਕਦੀ ਸੀ। ਮੈਂ ਤਾਂ ਉਹਨੂੰ ਗੱਲਾਂ ਗੱਲਾਂ 'ਚ ਬਹੁਤ ਵਾਰੀ ਹਿੰਟ ਦਿੱਤੀ
ਕਿ ਮੈਂ ਤੈਨੂੰ ਪਿਆਰ ਕਰਦੀ ਹਾਂ, ਪਰ ਉਹ ਚੱਲਾ ਜਾ, ਮੇਰੀ ਕਿਸੇ ਵੀ ਗੱਲ ਨੂੰ ਲੈ ਕੇ ਸੀਰੀਅਸ ਹੀ ਨਹੀਂ ਸੀਗਾ। ਚੱਲ ਕੋਈ ਨਾ, ਤੂੰ ਫਿਕਰ ਨਾ ਕਰ, ਜੇ ਤੂੰ ਉਹਨੂੰ ਪਿਆਰ ਕਰਦੀ ਹੈ ਨਾ, ਹੁਣ ਉਹਨੂੰ ਪਾਉਣ ਵਿੱਚ ਮੈਂ ਤੇਰੀ ਹੈਲਪ ਕਰੂੰਗਾ, ਤੇਰਾ ਬੁਆਏਫ੍ਰੈਂਡ ਬਣ ਕੇ। ਹੈਂ, ਬੁਆਏਫ੍ਰੈਂਡ ਬਣ ਕੇ? ਮੈਂ ਕੁਛ ਸਮਝੀ ਨਹੀਂ। ਉਹ ਫੇਕ ਬੁਆਏਫ੍ਰੈਂਡ ਬਣ ਕੇ? ਉਹ ਕਿਵੇਂ? ਉਹ ਦੱਸਦਾ ਮੈਂ ਤੈਨੂੰ, ਜਿਵੇਂ ਜਿਵੇਂ ਮੈਂ ਆਖੂੰਗਾ ਨਾ, ਤੂੰ ਉੱਦਾਂ ਦਾ ਹੀ ਕਰੀ। ਜੇ ਆਪਣੇ ਦੋਨਾਂ ਨੂੰ ਹੱਸਦਿਆਂ ਵੇਖ ਕੇ ਉਹ ਦੁਖੀ ਹੋਇਆ ਤਾਂ ਇਹ ਸਮਝ ਲਈ ਉਹ ਵੀ ਤੈਨੂੰ ਪਿਆਰ ਕਰਦਾ। ਤੂੰ ਇੰਨਾ ਕੰਮ ਤਾਂ ਕਰ ਸਕਦੀ ਹੈ। ਇਹ ਤਾਂ ਕੁਛ ਵੀ ਨਹੀਂ, ਹੈਰੀ ਨੂੰ ਪਾਉਣ ਲਈ ਤਾਂ ਮੈਂ ਕੁਛ ਵੀ ਕਰ ਸਕਦੀ ਹਾਂ, ਕਿਉਂਕਿ ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ। ਓ ਯਾਰ, ਮੈਂ ਕਿੱਡਾ ਵੱਡਾ ਮੂਰਖ ਸੀ, ਮੈਂ ਤਾਂ ਕੁਝ ਸਮਝ ਹੀ ਨਹੀਂ ਪਾਇਆ ਯਾਰ। ਤਾਂ ਹੀ ਤਾਂ ਬਈ ਸਿਆਣੇ ਕਹਿੰਦੇ ਨੇ, ਜੇ ਕਿਸੇ ਨੂੰ ਪਿਆਰ ਕਰੀਏ ਨਾ ਤਾਂ ਉਹਦਾ ਇਜ਼ਹਾਰ ਛੇਤੀ ਕਰ ਦੇਣਾ ਚਾਹੀਦਾ, ਬਹੁਤੀ ਦੇਰ ਨਹੀਂ ਲਾਉਣੀ ਚਾਹੀਦੀ। ਜੇ ਦੇਰ ਲੱਗ ਜਾਏ ਨਾ ਤਾਂ ਥੱਲੇ ਪਛਤਾਵਾ ਹੀ ਪੈਂਦਾ। ਚਲੋ ਠੀਕ ਹੈ, ਹੁਣ ਤੁਸੀਂ ਦੋਨੋਂ ਖੁਸ਼ ਖੁਸ਼ ਰਹੋ ਅਤੇ ਮੈਂ ਚੱਲਦਾ। ਟੇਕ ਕੇਅਰ, ਆਪਣਾ ਖਿਆਲ ਰੱਖਿਓ। ਠੀਕ ਹੈ, ਓਕੇ ਬਾਈ, ਟੇਕ ਕੇਅਰ, ਬਾਏ ਬਾਏ, ਬਾਏ ਬਾਏ।